ਸਤਿ ਸ਼੍ਰੀ ਅਕਾਲ ਜੀ ਮੈਂ ਰਾਜਿੰਦਰ ਫਰੋਮ ਵਰਲਡ ਇਮੀਗ੍ਰੇਸ਼ਨ ਨੈਟਵਰਕ ਤੋਂ ਜਿੱਦਾਂ ਕਿ ਤੁਹਾਨੂੰ ਪਤਾ ਆਪਾਂ ਹਰ ਵਾਰ ਦੀ ਤਰ੍ਹਾਂ ਅੱਜ ਵੀ ਤੁਹਾਡੇ ਸਾਹਮਣੇ ਇੱਕ ਨਵਾਂ ਵੀਜ਼ਾ ਲੈ ਕੇ ਹਾਜ਼ਰ ਹੋਏ ਹਾਂ ਸੋ ਕੀ ਹੁੰਦਾ ਹੈ ਕਿ ਜਦੋਂ ਆਪਾਂ ਕਿਸੇ ਸਟੂਡੈਂਟ ਨੂੰ ਵੀਜ਼ਾ ਹੈਂਡ ਓਵਰ ਕਰਦੇ ਹਾਂ ਤਾਂ ਉਸ ਟਾਈਮ ਤੇ ਆਪਾਂ ਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਕਿ ਕਿਤੇ ਨਾ ਕਿਤੇ ਜਿਹੜੀ ਆਪਣੀ ਮਿਹਨਤ ਹੈ ਉਹ ਰੰਗ ਲੈ ਕੇ ਆ ਰਹੀ ਹੈ ਸੋ ਫਸਟਲੀ ਕੰਗ੍ਰੈਚੁਲੇਸ਼ਨ ਸਰ ਕਿ ਤੁਹਾਨੂੰ ਜਿਹੜਾ ਕੈਨੇਡਾ ਦਾ ਵੀਜ਼ਾ ਅੱਜ ਰਿਸੀਵ ਹੋ ਰਿਹਾ ਬਹੁਤ ਖੁਸ਼ ਹਾਂ ਥੈਂਕ ਯੂ ਮੈਮ ਵੈਲਕਮ ਜੀ ਆਪਣਾ ਜਿਹੜਾ ਐਕਸਪੀਰੀਅੰਸ ਹੈਗਾ ਤੁਸੀਂ ਸ਼ੇਅਰ ਕਰੋ ਤੁਹਾਡਾ ਕਿਦਾਂ ਦਾ ਜੀ ਮੈਂ 2018 ਚ +2 ਕੀਤੀ ਉਸ ਤੋਂ ਬਾਅਦ ਗ੍ਰੈਜੂਏਸ਼ਨ ਕਰ ਨਹੀਂ ਪਾਇਆ ਉਸ ਤੋਂ ਬਾਅਦ ਮੈਂ ਮੈਡਮ ਨੂੰ ਮਿਲਿਆ ਮੈਡਮ ਨੇ ਮੈਨੂੰ ਗਾਈਡ ਕੀਤਾ ਮੈਡਮ ਨੇ ਜੋ ਜੋ ਕਿਹਾ ਮੈਂ ਉਹੀ ਗਾਈਡ ਕੀਤਾ ਅੱਜ ਮੈਡਮ ਨੇ ਮੈਨੂੰ ਬੁਲਾਇਆ ਕਿ ਤੁਹਾਡਾ ਵੀਜ਼ਾ ਆ ਗਿਆ ਮੈਂ ਬਹੁਤ ਖੁਸ਼ ਹਾਂ ਤੇ ਇਸ ਲਈ ਮੈਂ ਤੁਹਾਨੂੰ ਵੀ ਫਰੈਂਡ ਕਹਿਣਾ ਚਾਹਾਂਗਾ ਕਿ ਆਪਣੇ ਜਲਦੀ ਜਲਦੀ ਮੈਡਮ ਕੋ ਆਓ ਆਪਣਾ ਵੀਜ਼ਾ ਲਗਾਓ ਔਰ ਕਿਤੇ ਨਾ ਕਿਤੇ ਜਿਹੜਾ ਹੁਣ ਦੇਖੋ ਜਿੱਦਾਂ ਇਹਨਾਂ ਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਪਣਾ ਵੀਜ਼ਾ ਲੈ ਕੇ ਸੋ ਤੁਸੀਂ ਵੀ ਇਹ ਖੁਸ਼ੀ ਦਾ ਹਿੱਸਾ ਬਣ ਸਕਦੇ ਹੋ ਤੁਸੀਂ ਵੀ ਬਾਹਰ ਜਾ ਕੇ ਸਟੱਡੀ ਕਰ ਸਕਦੇ ਹੋ ਅਗਰ ਤੁਹਾਡੇ ਬੈਂਡ ਘੱਟ ਨੇ ਤੁਹਾਡੀ ਸਟੱਡੀ ਦੇ ਵਿੱਚ ਗੈਪ ਹੈਗਾ ਤਾਂ ਇੱਕ ਵਾਰੀ ਆਪਣੀ ਕੰਪਨੀ ਦੇ ਵਿੱਚ ਵਿਜ਼ਿਟ ਕਰੋ ਤਾਂ ਕਿ ਤੁਹਾਨੂੰ ਇੱਕ ਚੰਗੀ ਸਲਾਹ ਮਿਲ ਸਕੇ ਧੰਨਵਾਦ